ਪੰਥ ਰਤਨ ਜਥੇਦਾਰ ਗੁਰਚਨ ਸਿੰਘ ਟੌੜਾ ਇਹ ਜੱਦੀ ਪਿੰਡਾ ਡੇਲੀ ਪੋਸਟ ਪੰਜਾਬੀ ਦੀ ਟੀਮ ਆ ਪਿੰਡ ਟੌੜਾ ਚ ਪਹੁੰਚੀ ਆ ਜਿੱਥੇ ਕਿ ਅੱਜ ਉਹਨਾਂ ਦੀ 16ਵੀਂ ਵਰਸੀ ਆ ਜਿਹੜੀ ਪਿੰਡ ਟੌੜਾ ਸ ਮਨਾਈ ਗਈ ਆ ਜੋ ਕਿ ਪਰਿਵਾਰਕ ਮੈਂਬਰਾਂ ਵੱਲੋਂ ਹੀ ਮਨਾਈ ਗਈ ਆ ਟੌੜਾ ਸਾਹਿਬ ਦਾ ਜੱਦੀ ਘਰਾ ਪੰਥ ਰਤਨ ਜਥੇਦਾਰ ਗੁਰਚਨ ਸਿੰਘ ਟੌੜਾ ਦਾ ਇਹ ਮਕਾਨ ਅਸੀਂ ਤੁਹਾਨੂੰ ਮਕਾਨ ਦੇ ਅੰਦਰਲੀ ਤਸਵੀਰਾਂ ਦਿਖਾਵਾਂਗੇ ਉਸ ਵੇਲੇ ਦੀਆਂ ਗਾਰਡਰ ਵਾਲੇ ਨੇ ਪਿੰਡ ਟੌੜਾ ਦੇ ਵਿੱਚ ਮਸ਼ਹੂਰਤੀ ਵਰਲਡ ਦੇ ਵਿੱਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਅਸੀਂ ਉਹਦੇ ਅੰਦਰ ਐਂਟਰ ਹੋ ਰਿਹਾ ਜਿੱਥੋਂ ਕੀ ਤੁਸੀਂ ਦੇਖ ਸਕਦੇ ਹੋ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਘਰ ਤੇ ਡੇਲੀ ਪੋਸਟ ਪੰਜਾਬੀ ਦੀ ਟੀਮ ਪਹੁੰਚੀ ਆ ਉਸ ਟਾਈਮ ਦੀਆਂ ਛੱਤਾਂ ਤੁਹਾਨੂੰ ਦਿਖਾਉਂਦੇ ਆ ਕੈਮਰਾਮੈਨ ਨੂੰ ਕਹੂੰਗਾ ਕੈਮਰਾ ਛੱਤ ਤੇ ਜਾਊਗਾ ਛੱਤ ਦੀਆਂ ਕੜੀਆਂ ਉਸ ਵੇਲੇ ਦੀਆਂ ਨੇ ਜਥੇਦਾਰ ਗੁਰਚਰਨ ਸਿੰਘ ਟਵਾੜਾ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਨੇ ਲਗਾਤਾਰ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਨਜ਼ਦੀਕੀ ਤੇ ਤੇ ਬੜੀ ਵਧੀਆ ਜੋੜੀ ਸੀ ਦੋਨੋਂ ਦੀ ਇਹ ਰੂਮ ਆ ਜਿੱਥੇ ਆਰਾਮ ਕਰਿਆ ਕਰਦੇ ਸਨ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਜੱਦੀ ਮਕਾਨ ਆ ਉਸ ਸਮੇਂ ਦਾ ਮਕਾਨ ਆ ਜਿਸ ਨੂੰ ਕੜੀਆਂ ਵਾਲੇ ਪਾਏ ਜਾਂਦੇ ਸੀ ਤਾਂ ਉਸੇ ਤਰ੍ਹਾਂ ਹੀ ਅੱਜ ਵੀ ਇਹ ਮਕਾਨ ਦਿਖਾਈ ਦੇ ਰਿਹਾ ਉਹਨਾਂ ਦੀਆਂ ਯਾਦਾਂ ਨੇ ਉਸ ਸਮੇਂ ਦੀਆਂ ਦੇਖ ਸਕਦੇ ਹਾਂ ਜਿਸ ਤੋਂ ਬਾਅਦ ਕੀ ਉਹਨਾਂ ਦੇ ਜਮਾਈ ਸਾਹਿਬका ਕੈਬਨਟ ਮੰਤਰੀ ਨੇ ਸਰਦਾਰ ਹਰਮੇਲ ਸਿੰਘ ਟੌੜਾ ਇਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਪੰਥਰਾਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਘਰ ਵਿੱਚ ਯਾਦਗਾਰੀ ਤਸਵੀਰਾਂ ਨੇ ਟੋੜਾ ਸਾਹਿਬ ਦੀਆਂ ਜਦੋਂ ਪ੍ਰਧਾਨ ਤੇ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਦੇ ਦੇਖ ਸਕਦੇ ਹੋ ਟੋੜਾ ਪਿੰਡ ਦੇ ਵਿੱਚ ਉਹਨਾਂ ਦਾ ਜੱਦੀ ਮਕਾਨ ਆ ਪਿੰਡ ਟੌੜਾ ਚ ਜਿੱਥੋਂ ਕਿ ਸਰਦਾਰ ਹਰਮੇਲ ਸਿੰਘ ਟੌੜਾ ਨੇ ਅੱਜ ਪਰਿਵਾਰ ਵੱਲੋਂ ਉਹਨਾਂ ਦੀ 16ਵੀਂ ਸਾਲਾਨਾ ਵਰਸੀ ਜਿਹੜੀ ਮਨਾਈ ਗਈ ਆ ਘਰ ਦੇ ਵਿੱਚ ਮਨਾਇ ਗਈ ਆ ਪਰ ਰਾਜ ਪੱਦਰੀ ਸਮਾਗਮ ਵੀ ਕਰਵਾਇਆ ਜਾਂਦਾ ਸੀ ਜੋ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਉਹ ਰੱਦ ਕੀਤਾ ਗਿਆ ਰੱਦ ਹੋਣ ਕਾਰਨ ਉਹ ਇਸ ਵਾਰ ਨਹੀਂ ਕਰਵਾਇਆ ਗਿਆ ਜੋ ਰਾਜਪਤਰੀ ਸਮਾਗਮ ਦੀ ਟੌੜਾ ਦੇ ਵਿੱਚ ਹੁੰਦਾ ਸੀ ਸਨ ਉਹਨਾਂ ਦੇ ਸਾਲਾਨਾ ਵਰਸੀ ਤੇ ਬੜੇ ਨਿੱਜੀ ਦੋਸਤ ਮੰਨੇ ਜਾਂਦੇ ਨੇ ਜੋ ਕਿ ਹਰ ਇੱਕ ਵਰਸੀ ਤੇ ਪਹੁੰਚਦੇ ਸਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸਾਬਕਾ ਕੈਬਨਟ ਮੰਤਰੀ ਸਰਦਾਰ ਹਰਮੇਲ ਸਿੰਘ ਟੌੜਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਟੌੜਾ ਸਾਹਿਬ ਅੱਜ ਵਰਸੀ 16ਵੀਂ ਮਨਾਈ ਗਈ ਹੈ कोरोना वायरस ਨੂੰ ਲੈ ਕੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕਰਫੂ ਵੀ ਲੱਗਿਆ ਹੋਇਆ ਪਰਿਵਾਰਕ ਮੈਂਬਰਾਂ ਵੱਲੋਂ ਮਨਾਈ ਗਈ ਹੈ ਕੀ ਕਹਿਣਾ ਚਾਹਣਗੇ ਵੈਘਰੀ ਜੀ ਕਾ ਖਾਲਸਾ ਵੈਘਰੀ ਜੀ ਕੀ ਫਤਿਹ ਅੱਜ ਮੇਰੇ ਮਾਨ ਜੀ ਦੇ ਪਿਤਾ ਸਵਰਗਿਆ ਪੰਥਰ ਰਤਨ ਜਹਦਾਰ ਗੁਰਚਾਨ ਸਿੰਘ ਜੀ ਟੋੜਾ ਦੀ 16ਵੀਂ ਸਾਲਾਨਾ ਵਰਸੀ ਉਹਨਾਂ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਮਨਾਉਣ ਲਈ ਬਹੁਤ ਹੀ ਸਾਦੇ ਢੰਗ ਨਾਲ ਕਿਉਂਕਿ ਜਦੋਂ ਇਹ ਭਿਆਨਕ ਬਿਮਾਰੀ ਜਿਹਨੂੰ ਮਹਾਮਾਰੀ ਦਾ ਵੀ ਨਾਮ ਦਿੱਤਾ ਜਾਂਦਾ ਉਹਨੂੰ ਮੁੱਖ ਰੱਖਦੇ ਆ ਸਾਡੇ ਮਾਨ ਜੋ ਸ਼੍ਰੋਮਣੀ ਅਕਾਲੀ ਦਰਬ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਜੀ ਸਰਦਾਰ ਸਖਵੀਰ ਸਿੰਘ ਜੀ ਵਾਦਲ ਨੂੰ ਪਹਿਲੇ ਬੜੀ ਦੇਰ ਤੋਂ ਅਸੀਂ ਫੈਸਲਾ ਕਰ ਲਿਆ ਸੀ ਵੀ ਇਹ ਐਤ ਕੀ ਇਕੱਠ ਨਹੀਂ ਕੀਤਾ ਜਾਊਗਾ ਪਰ ਉਹਨਾਂ ਦੀ ਮਿੱਠੀ ਤੇ ਯਾਦ ਨੂੰ ਮਨਾਉਣ ਲਈ ਸਿਰਫ ਪਰਿਵਾਰ ਹੀ ਘਰ ਦੇ ਵਿੱਚ ਸ਼ਾਮ ਲਊਗਾ ਅਸੀਂ ਉਸੇ ਤਰ੍ਹਾਂ ਉਸੇ ਅਮਲ ਨੂੰ ਅਖ ਰੱਖਦਿਆਂ ਸਧਾਰਨ ਪਾਠ ਪੜਾ ਕੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਉਸ ਪ੍ਰੰਤ ਸਾਰੀ ਅਸੀਂ 15-20 ਬੰਦੇ ਹੀ ਇਸ ਭੋਗ ਵਿੱਚ ਸ਼ਾਮ ਲ ਹੋਇਆ ਤੇ ਸਵੇਰੀ 10 ਵਜੇ ਸਾਦੇ ਢੰਗ ਨਾਲ ਉਹਨਾਂ ਨੂੰ ਨਿਮੇਖਤ ਅਰਦਾਤ ਵਿੱਚ ਸ਼ਾਮਲ ਹੋ ਕੇ ਸੰਗਤਾਂ ਜਮਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੂੰ ਆਇਤ ਕੀ ਇਹ ਮਹਾਵਾਰੀ ਕਰਕੇ ਅਸੀਂ ਇਕੱਠ ਨਹੀਂ ਕਰ ਸਕੇ ਉਹਨਾਂ ਸੰਗਤਾਂ ਦਾ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੈ ਸਤਿਕਾਰ ਹੈ ਉਹਨਾਂ ਨੂੰ ਹਮੇਸ਼ਾ ਹੀ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਅਸੀਂ ਪਰਿਵਾਰ ਵੱਲੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਨੂੰ ਮੱਖ ਰੱਖਦਿਆਂ ਸਾਨੂੰ ਸਹਿਯੋਗ ਦਿੱਤਾ ਵੀ ਆਪਦੇ ਆਪ ਦੇ ਇਸ ਕਰਤੇ ਨੂੰ ਮੱਖ ਰੱਖਦਿਆਂ ਆਪਣੇ ਘਰਾਂ ਚ ਬਹੁਤਾਂ ਨੇ ਅਖਬਾਰ ਦੇ ਰਹੀਂ ਬਹੁਤਾਂ ਨੇ ਵਟਸਐਪ ਦੇ ਰਹੀਂ ਬੜਿਆਂ ਨੇ ਪਿਆਰ ਜਤਾਇਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਸੰਗਤਾਂ ਦੂਰ ਦਰਾਡੇ ਅੱਗੇ ਪ੍ਰਦੇਸ਼ਾਂ ਤੋਂ ਦੇਸ਼ਾਂ ਤੋਂ ਵੀ ਬਾਰਾਂ ਵੀ ਆਉਂਦੀਆਂ ਸੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪਰਿਵਾਰ ਵੱਲੋਂ ਕਰਦੇ ਆਂ ਕਿ ਇਹਨਾਂ ਨੇ ਇਸ ਤੇ ਅਮਲ ਕਰਦੇ ਹੋਏ ਇਹਨੂੰ ਮਿੱਠਾ ਪਾਣੀ ਮੰਨਿਆ ਇਸ ਲਈ ਅੱਜ ਦੇ ਦਿਨ ਤੇ ਅਸੀਂ ਤਾਂ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਬੇਨਤੀ ਵੀ ਕਰਦੇ ਆਂ ਜੋ ਸਰਕਾਰ ਸੈਂਟਰ ਦੀ ਤੇ ਪੰਜਾਬ ਸਰਕਾਰ ਦੀ ਕਰ ਰਹੀ ਹੈ ਇਹ ਆਪਣੀ ਸਿਹਤ ਲਈ ਆਪਣੇ ਭਲੇ ਲਈ ਹੀ ਕਰ ਰਹੀ ਹੈ ਆਪਾਂ ਨੂੰ ਬਹੁਤ ਔਖਾ ਲੱਗ ਰਿਹਾ ਲੇਕਿਨ ਸਹੀ ਮਾਨਯਾਤ ਆਪਾਂ ਘਰ ਦੇ ਵਿੱਚ ਹੀ ਵੰਦ ਰਹੀ ਏ ਔਰ ਹਮੇਸ਼ਾ ਹੀ ਘਰ ਚ ਰਹਿ ਕੇ ਇਹ ਤੇ ਅਮਲ ਕਰਕੇ ਤਾਂ ਹੀ ਆਪਾਂ ਆਪਣੇ ਦੇਸ਼ ਨੂੰ ਬਚਾ ਸਕਦੇ ਆ ਸੁਭੇ ਨੂੰ ਬਚਾ ਸਕਦੇ ਆ ਕਿ ਕਿਸੇ ਨੂੰ ਵੀ ਜੇ ਮਿਲਿਆ ਜਾਵੇ ਤਾਂ ਦੂਰੀ ਫਤੇ ਬਲਾਈ ਜਾਵੇ ਔਰ ਜੇ ਕੋਈ ਬਿਮਾਰ ਨੇੜੇ ਤੇੜੇ ਆਪਣੇ ਗਮਾਣ ਚ ਲੱਗਦਾ ਜੇ ਉਹ ਆਪ ਨਹੀਂ ਜਾਣਾ ਚਾਹੁੰਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਆਮਲ ਕਰਨਾ ਚਾਹੀਦਾ ਹੈ ਫੌਰੀ ਤਾਰ ਤੇ ਉਹਦਾ ਟੈਲੀਫੋਨ ਕਰਕੇ ਉਹ ਸੁਚੇਤ ਕਰਨਾ ਚਾਹੀਦਾ ਤਾਂ ਕਿ ਆਪਾਂ ਐਮਰਜੈਂਸੀ ਜਿਹੋ ਆਪਨੀ ਜਾਂਦਾ ਤਾਂ ਆਪਾਂ ਉਹਨੂੰ ਮਹਿਕਵੇਂ ਸਹਿਯੋਗ ਦੇ ਕੇ ਉਹਨਾਂ ਨੂੰ ਇਨਫੋਰਮੇਸ਼ਨ ਦਈਏ ਤਾਂ ਕਿ ਆਪ ਉਹਦਾ ਵੀ ਭਲਾ ਹੋਵੇ ਤੇ ਆਪਣਾ ਵੀ ਭਲਾ ਇਸ ਲਈ ਅੱਜ ਦੇ ਦਿਨ ਤੇ ਮੈਂ ਤਾਂ ਸਮੁੱਚੀ ਸੰਗਤ ਨੂੰ ਵੀ ਔਰ ਤੈ ਦਿਲੋਂ ਧੰਨਵਾਦ ਕਰਦਾ ਅੱਜ ਦੇ ਦਿਨ ਤੇ ਮਿੱਠੀ ਤੇ ਨਿੱਗਣੀ ਜਹਾਦ ਨੂੰ ਮਨਾਉਣ ਲਈ ਇਸ ਭਾਲੇ ਨੂੰ ਮੰਨ ਕੇ ਮਾਲਕ ਕਿਰਪਾ ਕਰੇ ਸਭ ਨੂੰ ਤੰਦਰੁਸਤੀ ਵਾਸਤੇ ਔਰ ਸਾਰੇ ਤੰਦਰੁਸਤ ਰੱਖ ਕੇ ਇਸ ਸਹੀ ਮੈਨੇਚ ਮਹਾਮਾਰੀ ਚੋਂ ਆਪਾ ਨਿਕਲੀਏ ਇਹੀ ਬੰਲਾ ਲੋਇ ਚਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੌਜੂਦਾ ਸਰਕਾਰ ਵੱਲੋਂ ਵਧੀਆ ਪ੍ਰਾਲੇ ਕੀਤੇ ਜਾ ਰਹੇ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਲਈ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਗਰੀਬ ਅੰਤ ਗਰੀਬ ਨੇ ਉਹਨਾਂ ਲਈ ਕੋਈ ਕਦਮ ਚੁੱਕਾ ਗਿਆ ਕਿਉਂਕਿ ਸਾਡੇ ਮਾਨਯੋਗ ਸ਼੍ਰੋਮਣੀ ਕਾਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਫੌਰੀ ਤੌਰ ਤੇ ਅਪੀਲ ਵੀ ਕੀਤੀ ਹੈ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਵੀ ਸਾਨੂੰ ਸਹਿਯੋਗ ਦਿੱਤਾ ਜਾਵੇ ਸਾਨੂੰ ਨਾਲ ਲਾਇਆ ਜਾਵੇ ਤਾਂ ਕਿ ਅਸੀਂ ਆਪ ਪੰਜਾਬ ਕੇ ਲੋਗਾਂ ਚ ਸਾਹਮਣੇ ਹੋਈਏ ਉਹਨਾਂ ਨੇ ਸਾਡੇ ਸਾਰੇ ਸਾਬਕਾ ਚਹਿ ਵਿਜੀਲ ਨੇ ਸਾਬਕਾ ਐਮਐਲਏ ਨੇ ਤੇ ਮੌਜੂਦਾ ਨੇ ਹਲਕਾ ਇੰਚਾਰਜ ਨੇ ਜਥੇਦਾਰ ਸਹਿਬਾਨ ਨੇ ਸਰਕਲ ਦੇ ਜਥੇਦਾਰ ਸਹਿਬਾਨ ਨੇ ਉਹਨਾਂ ਸਾਰਿਆਂ ਨੇ ਬੇਨਤੀ ਕੀਤੀ ਹੈ ਵੀ ਜਿਵੇਂ ਅਕਾਲੀ ਦਲ ਦੀ ਪਥਾ ਚੱਲੀ ਆਉਂਦੀ ਆ ਆਪਾਂ ਹਰ ਥਾਂ ਤੇ ਆਪਣੇ ਨੇਲੇ ਤੇਰੇ ਕੋਈ ਵੀ ਪੱਖਾ ਨਹੀਂ ਰਹਿਣਾ ਚਾਹੀਦਾ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਰਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣੋਗੀ ਉਹ ਚੇਚੇ ਤੌਰ ਤੇ ਪ੍ਰਾਲੇ ਕੀਤੇ ਗਏ ਨੇ ਇੱਕ ਵੀ ਗੁਰਦਾਰਾ ਸਹਿਬਾਨ ਇਹ ਜਾਣੀ ਹੈ ਜਿਨ੍ਹਾਂ ਦਾ ਹਮੇਸ਼ੀ ਜੋ ਪਰਥਾ ਹੈ ਉਹ ਉਸੇ ਨੂੰ ਜਾਰੀ ਰੱਖਦਿਆਂ ਹੋਇਆਂ ਹਰ ਗੁਰਦਾਰੇ ਚ ਲੰਗਰ ਪੱਕੇ ਗਰੀਬ ਗੁਰਗਵੇ ਦੇ ਮੂੰਹ ਚ ਪਾਉਣ ਲਈ ਹਮੇਸ਼ੀ ਵੀ ਤਾਂ ਕਿ ਕੋਈ ਭੁੱਖਾ ਨਾ ਸੌਂ ਜਵੇ ਜੇ ਭੁੱਖਾ ਸੌਂ ਗਿਆ ਸਾਡੇ ਸਾਡਾ ਪਰਮਧਰਨੀ ਅਪੀਲ ਕੀਤੀ ਹੈ ਸੁਖਵੀਰ ਬਾਦਲ ਜੀ ਨੇ ਵੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਗੋਵਿੰਦ ਸਿੰਘ ਜੀ ਲੰਘੋਵਾਲ ਨੇ ਇਹ ਚੇਚੇ ਤੌਰ ਤੇ ਇਹਨਾਂ ਤੇ ਸਾਨੂੰ ਅਮਲ ਕਰਕੇ ਸਾਰੇ ਪਿੰਡਾਂ ਦੇ ਗੁਰਦੁਆਰਿਆਂ ਚ ਜੇ ਨਹੀਂ ਤਾਂ ਆਪਣੇ ਲੋਗ ਇਹ ਨੇ ਕਿ ਨੇ ਜਿੰਨੇ ਕੁ ਪਿੰਡਾਂ ਚ ਲੋੜ ਹੁੰਦੀ ਹੈ ਉਹ ਆਪਣੇ ਵੱਲੋਂ ਲੰਗਰ ਤਿਆਰ ਕਰਕੇ ਦੇ ਸਕਦੇ ਨੇ ਨਹੀਂ ਗੁਰਦਾਰਿਆਂ ਦੇ ਸਾਂਝਾ ਲੰਗਰ ਦੇ ਸਕਦੇ ਨੇ ਤਾਂ ਕਿ ਪਾਰਟੀ ਤੋਂ ਉੱਪਰ ਉੱਠ ਕੇ ਗੁਰੂ ਘਰ ਚ ਹੀ ਪੱਕ ਕੇ ਜਾਵੇ ਮੈ ਸਾਨੂੰ ਦਾ ਸਭ ਤੋਂ ਵਧੀਆ ਗੱਲ ਬਿਲਕੁਲ ਇਹ ਸਨ ਸਾਫ ਕਾ ਕੈਬਨਟ ਮੰਤਰੀ ਸਰਦਾ ਹਰਮੇਲ ਸਿੰਘ ਟੋੜਾ ਜਿਨ੍ਹਾਂ ਨੇ ਪੰਥ ਰਤਨ ਜਥੇਦਾਰ ਗੁਰਚਨ ਸਿੰਘ ਟੋੜਾ ਦੀ 16ਵੀਂ ਵਰਸੀ ਤੇ ਜਾਣਕਾਰੀ ਦਿੱਤੀ ਜਿੱਥੋਂ ਕਿ ਪਰਿਵਾਰਕ ਮੈਂਬਰਾਂ ਵੱਲੋਂ ਵੀ ਵਰਸੀ ਜਿਹੜੀ ਮਨਾਈ ਗਈ ਆ ਪਰ ਟੋੜਾ ਪਰਿਵਾਰ ਨਾਲ ਸਬੰਧਤ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਹੜੇ ਇਸ ਕੋਰੋਨਾ ਵਾਇਰਸ ਕਾਰਨ ਵਰਸੀ ਤੇ ਅਸੀਂ ਮਨਾਹੀ ਕਾਰਨ ਨਹੀਂ ਪਹੁੰਚ ਸਕੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਜਿੱਥੋਂ ਕਿ ਉਹਨਾਂ ਨੇ ਅਪੀਲ ਕੀਤੀ ਆ ਸਾਰੇ ਅਕਾਲੀ ਵਰਕਰਾਂ ਨੂੰ ਕਿ ਜਿੱਥੋਂ ਕੋਈ ਗਰੀਬ ਜਨਤਾ ਤੱਕ ਲੰਗਰ ਆ ਜਿਹੜਾ ਪਹੁੰਚਾਇਆ ਜਾ ਸਕੇ ਜਿੱਥੋਂ ਕਿ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੂੰ ਮਦਦ ਦੇਣ ਦੀ ਜਿਹੜੀ ਅਪੀਲ ਕੀਤੀ ਗਈ ਆ ਡੇਲੀ ਪੋਸਟ ਪੰਜਾਬੀ ਲਈ ਨਾਬਾ ਤੋਂ ਹਰਮਿਤ ਸਿੰਘ ਮਾਨ ਸਤ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰ ਆਲ ਤਾਂ 6 ਆ ਗਏ ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹਾਂ ਜੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ ਤੇ ਅੱਜ ਹੀ ਪੀਰਾਮੀਡੀ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ